ਦੇਖੋ ਜਿਹੜੀ ਦਿੱਲੀ ਦੇ ਵਿੱਚ ਕੰਮ ਦੀ ਰਾਜਨੀਤੀ, ਇੱਕ ਨਵੀਂ ਰਾਜਨੀਤੀ ਸ਼ੁਰੂ ਹੋਈ ਹੈ ਕਿ ਅਸੀਂ ਜਿਵੇਂ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਅਸੀਂ ਰਾਜਨੀਤੀ ਕਰਨ ਨਹੀਂ, ਰਾਜਨੀਤੀ ਬਦਲਣਾ ਆ। ਔਰ ਦਿੱਲੀ ਦੇ ਵਿੱਚ ਤੀਜੀ ਵਾਰ ਸਮਗ ਮੈਜੋਰਟੀ ਨਾਲ 90% ਸੀਟਾਂ ਲੈ ਕੇ ਜਿਹੜੀ ਪਾਰਟੀ ਆਈ ਹੈ, ਉਦੋਂ ਸਿੱਧ ਹੋ ਗਿਆ ਕਿ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਇੱਕ ਨਵੀਂ ਕਿਸਮ ਦੀ ਰਾਜਨੀਤੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਅਤੇ ਉਹਦਾ ਜਿਹੜਾ ਤਜਰਬਾ ਹੈ ਉਹ ਸਾਡਾ ਪੂਰਾ ਸਫਲ ਹੋਇਆ। ਲੋਕ ਪੰਜਾਬ ਦੇ ਵਿੱਚ ਦੋਨੇ ਧਿਰਾਂ ਤੋਂ, ਅਕਾਲੀ ਭਾਜਪਾ ਤੋਂ ਅਤੇ ਕਾਂਗਰਸ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਨੇ। ਇਹ ਗੱਲ ਮੈਂ ਨਹੀਂ ਕਹਿੰਦਾ, ਇਕੱਲੇ ਮਤਲਬ ਜਿਹੜਾ ਆਮ ਲੋਕ ਹੈ ਉਹ ਪੂਰਾ ਤਰ੍ਹਾਂ ਪੀੜਿਤ ਹੈ। ਅਤੇ ਉਹਨਾਂ ਨੇ ਇਹ ਕਿਹਾ ਵੀ ਦੋਨੇ ਤੋਂ ਅੱਕ ਚੁੱਕੇ ਹਾਂ ਅਸੀਂ, ਹੁਣ ਤੀਜੀ ਧਿਰ ਤੁਹਾਡਾ, ਅਸੀਂ ਤੁਹਾਨੂੰ ਵੋਟ ਪਾਵਾਂਗੇ, ਤੁਹਾਨੂੰ ਅਸੀਂ ਲਿਆਵਾਂਗੇ, ਕਿਉਂਕਿ ਸਾਨੂੰ ਕੇਜਰੀਵਾਲ ਦੀ ਜਿਹੜੀ ਰਾਜਨੀਤੀ ਹੈ, ਕੇਜਰੀਵਾਲ ਦਾ ਜਿਹੜਾ ਮਾਡਲ ਹੈ, ਵਿਕਾਸ ਦਾ ਮਾਡਲ ਹੈ, ਐਜੂਕੇਸ਼ਨ ਦਾ, ਹੈਲਥ ਦਾ, ਪਾਣੀ ਦਾ, ਬਿਜਲੀ ਦਾ ਅਤੇ ਗੁੱਡ ਗਵਰਨੈਂਸ ਦਾ, ਉਹ ਲੋਕਾਂ ਦੇ ਪੂਰੇ ਦਿਲ ਦੇ ਵਿੱਚ ਘਰ ਕਰ ਗਿਆ। ਅਤੇ ਕਦੇ ਕਿਸੇ ਮੁੱਖ ਮੰਤਰੀ ਨੇ ਐਡਾ ਵੱਡਾ ਐਲਾਨ ਨਹੀਂ ਕੀਤਾ ਕਿ ਜੇ 5 ਸਾਲ ਕੰਮ ਕੀਤੇ ਨੇ ਤਾਂ ਸਾਨੂੰ ਵੋਟ ਪਾ ਦਿਓ। ਐਡਾ ਵੱਡਾ ਐਲਾਨ ਕਰਨਾ ਕਿਸੇ ਜਿਗਰੇ ਨਾਲ ਹੋਊਗਾ, ਬਿਨਾਂ ਜਿਗਰੇ ਤੋਂ ਇਹ ਚੀਜ਼ਾਂ ਨਹੀਂ ਹੁੰਦੀਆਂ। ਅਤੇ ਇਸ ਜਿੱਤ ਨੂੰ ਲੈ ਕੇ ਮੈਂ ਕਹਿੰਦੀ ਹਾਂ ਪੂਰੇ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ, ਸਾਰੇ ਸ਼ਹਿਰਾਂ ਦੇ ਵਿੱਚ, ਜਿੱਥੇ ਜਿੱਥੇ ਵੀ ਇਹਦੀ ਆਵਾਜ਼ ਪਹੁੰਚੀ, ਹਰ ਕਿਸੇ ਨੇ ਖੁਸ਼ੀ ਮਨਾਈ, ਲੱਡੂ ਵੰਡੇ। ਇਹ ਵੀ ਅੱਜ ਤੱਕ ਕਦੇ ਨਹੀਂ ਹੋਇਆ। ਔਰ ਜਿੰਨਾ ਕੁ ਇਹਦਾ ਰਿਸਪੋਂਸ ਪੰਜਾਬ ਨੇ ਦਿੱਤਾ, ਤਾਂ ਅੱਜ ਪਿੰਡਾਂ ਦਾ ਮਾਹੌਲ ਜਿਹੜਾ ਉਹ ਇਸ ਤਰੀਕੇ ਦਾ ਬਣ ਗਿਆ ਕਿ ਜਿੱਥੇ ਵੀ ਅਸੀਂ ਜਾਂਦੇ ਹਾਂ, ਭਾਵੇਂ ਕੋਈ ਅੱਜ ਅਕਾਲੀ ਦਲ 'ਚ ਬੈਠਾ ਹੋਵੇ, ਭਾਵੇਂ ਕੋਈ ਕਾਂਗਰਸ ਦੇ ਵਿੱਚ ਬੈਠਾ ਹੋਵੇ, ਉਹਨਾਂ ਦੇ ਬੈਠੇ ਰਹਿਣ ਦੀ ਅਲੱਗ ਗੱਲ ਆ, ਪਰ ਜੇ ਉਹਨਾਂ ਨੂੰ ਇਮਾਨਦਾਰੀ ਨਾਲ ਉਹਨਾਂ ਨੂੰ ਪੁੱਛੋ, ਜਾਂ ਫਿਰ ਜਿਹੜੀਆਂ ਅੱਜ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ, ਤਾਂ ਹਰ ਬੱਚੇ ਦੇ ਮੂੰਹ 'ਤੇ ਇੱਕ ਗੱਲ ਜ਼ਰੂਰ ਆਉਂਦੀ ਆ ਕਿ ਚੰਗਾ ਹੋਊਗਾ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਪੰਜਾਬ 'ਚ ਬਣਦੀ ਆ। ਅੱਜ ਕੋਈ ਪਹਿਲ ਨਹੀਂ ਕਰ ਰਿਹਾ, ਠੀਕ ਆ, ਮਾਹੌਲ ਹਜੇ ਉਸ ਤਰੀਕੇ ਦਾ ਆ, ਪਰ ਲੋਕਾਂ ਦੇ ਵਿੱਚ ਇਹ ਆਵਾਜ਼ ਜਿਹੜੀ ਆ ਬਣ ਚੁੱਕੀ ਆ, ਔਰ ਇਸ ਗੱਲ ਦੀ ਮੈਂ ਮੁਬਾਰਕਬਾਦ ਦਿੰਦੀ ਹਾਂ ਮੀਡੀਆ ਦੇ ਰਾਹੀਂ। ਅਤੇ ਹੁਣ ਤੱਕ ਅਸੀਂ 2 ਲੱਖ ਦੇ ਕਰੀਬ ਅਸੀਂ ਮੈਂਬਰ ਬਣਾ ਲਏ ਨੇ ਆਮ ਆਦਮੀ ਪਾਰਟੀ ਦੇ, ਅਤੇ ਸਾਡਾ ਟਾਰਗੇਟ 5 ਲੱਖ ਬਣਾਉਣ ਦਾ, ਅਤੇ ਉਸ ਤੋਂ ਬਾਅਦ ਵੀ ਜਾਰੀ ਰਹੂਗਾ। ਫਿਲਹਾਲ 5 ਲੱਖ ਤੱਕ ਅਸੀਂ ਮੈਂਬਰ ਬਣਾਉਣੇ ਨੇ ਆਮ ਆਦਮੀ ਪਾਰਟੀ ਦੇ ਵਿੱਚ। ਇਹ ਮੈਂਬਰ ਇੱਦਾਂ ਨਹੀਂ ਕਿ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜ ਰਹੇ ਨੇ, ਇਹ ਮੈਂਬਰ ਤਾਂ ਜੁੜ ਰਹੇ ਆਮ ਆਦਮੀ ਪਾਰਟੀ ਨਾਲ ਕਿਉਂਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਕੰਮ ਕੀਤੇ ਨੇ, ਤਾਂ ਹੀ ਤੀਸਰੀ ਵਾਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਉਹਨਾਂ ਨੇ ਕੰਮ ਦੇਖੇ ਨੇ, ਧਰਮ ਦੀ ਰਾਜਨੀਤੀ 'ਤੇ ਕਿਸੇ ਨੇ ਵੋਟ ਨਹੀਂ ਪਾਈ, ਕੰਮਾਂ ਦੇ ਆਧਾਰ 'ਤੇ ਵੋਟ ਪਾਈ ਹੈ, ਚਾਹੇ ਉਹ ਸਸਤੀ ਬਿਜਲੀ ਹੋਵੇ, ਚਾਹੇ ਉਹ ਸਸਤਾ ਪਾਣੀ ਹੋਵੇ, ਚਾਹੇ ਐਜੂਕੇਸ਼ਨ ਹੋਵੇ, ਚਾਹੇ ਹੈਲਥ ਹੋਵੇ, ਕੰਮ ਦੇ ਆਧਾਰ 'ਤੇ ਵੋਟ ਪਈ ਹੈ। ਅਤੇ ਤੁਸੀਂ ਇੱਥੇ ਵੀ ਦੇਖ ਲਓ ਜਿਹੜੇ ਕਾਂਗਰਸ ਸਰਕਾਰ ਕੰਮ ਕਰ ਰਹੀ ਹੈ, ਆ ਕੱਲ੍ਹ ਪਰਸੋਂ ਹੀ ਦੇਖ ਲਓ ETT ਦੇ ਅਧਿਆਪਕਾਂ ਦੇ ਜਿਹੜੇ ਇਹਨਾਂ ਨੇ ਡਾਂਗਾਂ ਮਾਰੀਆਂ ਨੇ, ਕਿੰਨਾ ਬੁਰਾ ਹਸ਼ਰ ਕੀਤਾ। ਇਹ ਕਹਿੰਦੇ ਸੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਅਤੇ ਬਲਕਿ ਜਿਨ੍ਹਾਂ ਕੋਲ ਹੈ ਉਹਨਾਂ ਦਾ ਵੀ ਡਾਂਗਾ ਮਾਰ ਮਾਰ ਇਹਨਾਂ ਨੇ ਬੁਰਾ ਹਾਲ ਕਰਤਾ। ਇੱਦੂ ਮਾੜੀ ਗੱਲ ਹੋਰ ਕੀ ਹੋਊਗੀ।